ਇਹ ਅੰਮ੍ਰਿਤ ਵੇਲਾ ਹੈ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਨੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਕੁਛ ਸਮਾਂ ਵਿਚਾਰ ਕਰਾਂਗੇ ਸਮਾਂ ਹੈ ਅੰਮ੍ਰਿਤ ਵੇਲੇ ਜਪਜੀ ਸਾਹਿਬ ਸ਼ਬਦ ਹਜ਼ਾਰੇ ਅਤੇ ਸੁਖਮਨੀ ਸਾਹਿਬ ਦਾ ਸਭ ਸੰਗਤਾਂ ਇਸ ਵੇਲੇ ਜੁੜ ਜਾਂਦੀਆਂ ਨੇ ਸੰਗਤਾਂ ਅੱਜ ਰਹਿਣ ਸਬਾਈ ਵਿੱਚ ਬੈਠੀਆਂ ਪਰ ਜਿਨ੍ਹਾਂ ਦੇ ਭਾਗ ਹੁੰਦੇ ਨੇ ਉਹ ਹੀ ਖੜਦੇ ਲਾਹ ਜਿਨ੍ਹਾਂ ਦੇ ਭਾਗ ਸੁੱਤੇ ਹੁੰਦੇ ਨੇ ਉਹਨਾਂ ਨੂੰ ਖਾਣ ਅਤੇ ਸੌਣ ਨਾਲ ਹੀ ਪ੍ਰੀਤ ਹੁੰਦੀ ਉਹਨਾਂ ਨੂੰ ਨਾਮ ਜਪਣ ਨਾਲ ਨਹੀਂ ਆਲਸ ਦਲਿੱਦਰ ਦੇ ਕਈ ਨਿਸ਼ਾਨੀਆਂ ਹੁੰਦੀਆਂ ਉਹ ਦਲਿੱਦਰ ਹੀ ਗਿਣਿਆ ਜਾਂਦਾ ਜਿਹੜਾ ਆਦਮੀ ਸੰਗਤ ਵਿੱਚ ਨਹੀਂ ਆਉਂਦਾ ਕਹਿੰਦਾ ਘਰੇ ਬਹਿ ਕੇ ਪਾਠ ਕਰ ਲਾਂਗੇ ਇਹ ਵੀ ਇੱਕ ਦਲਿੱਦਰ ਦੀ ਨਿਸ਼ਾਨੀ ਹੈ ਟੀਵੀ ਤੇ ਬੈਠੇ ਵੇਖ ਕੇ ਕਰ ਲਾਂਗੇ ਦਰਸ਼ਨ ਕਰ ਲਾਂਗੇ ਇਹ ਵੀ ਇੱਕ ਦਲਿੱਦਰ ਦੀ ਨਿਸ਼ਾਨੀ ਹੈ ਜਦੋਂ ਸਮਾਂ ਇਹ ਸੰਗਤ ਵਿੱਚ ਆਉਣ ਦਾ ਸੰਗਤ ਲੱਗੀ ਏ ਫਿਰ ਸੰਗਤ ਵਿੱਚ ਆਉਣਾ ਹੀ ਵੱਡਾ ਪੁੰਨ ਹੁੰਦਾ ਸੰਗਤ ਵਿੱਚ ਆਣ ਕੇ ਬੈਠਣਾ ਬੱਚੇ ਪੜ੍ਹਾਈਆਂ ਕਰਦੇ ਨੇ ਸਕੂਲਾਂ 'ਚ ਹਰ ਇੱਕ ਪਾਸਿਓਂ ਨੰਬਰ ਮਿਲਦੇ ਕਹਿੰਦੀਆਂ ਹਾਜ਼ਰੀਆਂ ਕਿੰਨੀਆਂ ਕੋਈ ਸਕੂਲ 'ਚ ਇਹ ਲਿਖਾਈ ਕਿੰਨੀ ਸੋਹਣੀ ਕਰਦਾ ਹੈ ਸੁੰਦਰ ਕਰਦਾ ਹੈ ਹਰ ਸਵਾਲ ਦਾ ਕਿੰਨਾ ਕੁ ਸਹੀ ਜਵਾਬ ਦਿੰਦਾ ਹੈ ਕਿੰਨਾ ਕੁ ਗੱਲਾਂ ਵਿੱਚ ਪਾਰ ਉਤਰਦਾ ਹੈ ਕਿੰਨਾ ਕੁ ਸਹੀ ਪ੍ਰੈਕਟੀਕਲ ਦੇ ਵਿੱਚ ਪਾਰ ਉਤਰਦਾ ਹੈ ਸਭ ਪੜ੍ਹਾਈ ਹੁੰਦੀ ਹੈ ਅਤੇ ਸਾਰੀਆਂ ਚੀਜ਼ਾਂ ਦੀ ਨੰਬਰ ਹੁੰਦੇ ਆ ਨੰਬਰ ਲੱਗਦੇ ਨੇ ਗੁਰੂ ਘਰ ਵਿੱਚ ਤਪੱਸਿਆ ਮੰਨੀ ਗਈ ਤਪੱਸਿਆ ਕਿ ਤਪ ਕਰਨਾ ਹੈ ਇੰਨੀ ਠੰਡ ਵਿੱਚ ਉੱਠਣਾ ਇਹ ਵੀ ਇੱਕ ਤਪੱਸਿਆ ਇਹਦਾ ਵੀ ਨੰਬਰ ਮਿਲਦਾ ਹੈ ਸਰਦੀ ਦੇ ਵਿੱਚ ਉੱਠਣਾ ਸੁੱਤੇ ਪਏ ਹੋਏ ਹੋਰ ਸੁੱਤੇ ਹੋਏ ਉੱਠਣਾ ਬੜੀ ਪਿਆਰੀ ਨੀਂਦਰ 'ਚ ਉੱਠਣਾ ਇਹਦਾ ਵੀ ਇੱਕ ਫਲ ਮਿਲਦਾ ਹੈ ਨੰਬਰ ਮਿਲਦਾ ਹੈ ਘੱਟ ਖਾਣਾ ਘੱਟ ਸੌਣਾ ਵੀ ਘੱਟ ਖਾਣਾ ਹੈ ਅਸੀਂ ਅੰਮ੍ਰਿਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਇਸ ਦਾ ਵੀ ਨੰਬਰ ਮਿਲਦਾ ਹੈ ਗੁਰੂ ਘਰ ਦੇ ਵਿੱਚ ਇਸ਼ਨਾਨ ਕਰਨ ਦਾ ਸੁੱਚੇ ਬਸਤਰ ਪਾ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਵੱਛ ਬਸਤਰ ਪਾ ਕੇ ਸੰਗਤ ਵਿੱਚ ਬੈਠਣਾ ਇਹਦਾ ਵੀ ਇਹ ਵੀ ਤਪ ਹੈ ਉਹ ਜਿਹੀ ਗੰਦੇ ਪਿੱਲੇ ਬਸਤਰ ਪਾ ਕੇ ਬਹਿਣਾ ਦਲਿੱਦਰ ਹੁੰਦਾ ਹੈ ਦਲਿੱਦਰ ਵਿੱਚ ਬੈਠਣਾ ਇਹਦੇ ਨੰਬਰ ਘੱਟ ਜਾਂਦੇ ਭਗਤੀ ਦੇ ਗੁਰੂ ਘਰ ਵਿੱਚ ਤਪੱਸਿਆ ਤਪਾਂ ਸਿਰ ਤਪ ਸਾਰ ਇਹਨੂੰ ਤਪ ਮੰਨਿਆ ਗਿਆ ਕਿ ਤੂੰ ਅੰਮ੍ਰਿਤ ਵੇਲੇ ਉੱਠਦਾ ਹੈ ਇੱਕ ਤਪੱਸਿਆ ਕਰਦਾ ਉੱਠ ਕੇ ਇਸ਼ਨਾਨ ਕਰਦਾ ਇਹ ਤੇਰੀ ਦੂਜੀ ਤਪੱਸਿਆ ਹੋਰ ਨੀਂਦਰ 'ਚ ਉੱਠਦਾ ਹੈ ਪਹਿਲੀ ਤਪੱਸਿਆ ਹੈ ਦੂਜਾ ਤੂੰ ਉੱਠ ਕੇ ਇਸ਼ਨਾਨ ਕਰਦਾ ਹੈ ਤੇਰੀ ਦੂਸਰੀ ਤਪੱਸਿਆ ਤੀਸਰਾ ਤਾਪੇ ਤੂੰ ਸਾਫ ਸੁੱਚੇ ਬਸਤਰ ਪਾ ਕੇ ਸੰਗਤ ਵਿੱਚ ਆਉਣਾ ਹੈ ਸੰਗਤ ਵਿੱਚ ਆਉਣ ਦੀ ਤਪੱਸਿਆ ਚੌਥੀ ਤਪੱਸਿਆ ਤੇਰਾ ਤਪ ਹੈ ਜਿਵੇਂ ਸਾਧੂ ਤਪ ਕਰਦੇ ਨੇ ਕਿ ਸਰਦੀ ਵਿੱਚ ਬਹਿ ਜਾਣਾ ਕੋਹਰੇ 'ਚ ਬਹਿ ਜਾਣਾ ਬਰਫ਼ 'ਚ ਬਹਿ ਜਾਣਾ ਸਰੀਰ ਨੂੰ ਠਾਰਨਾ ਜਾਂ ਸਰੀਰ ਨੂੰ ਤਪਾਉਣਾ ਗਰਮੀਆਂ 'ਚ ਤਪ ਕਰਨਾ
ਬਾਬਾ ਜੀ ਕਹਿੰਦੇ ਇਹਨਾਂ ਤਪਾਂ ਦਾ ਕੋਈ ਇੰਨਾ ਫਲ ਨਹੀਂ। ਸਭ ਤੋਂ ਵੱਡਾ ਤਪ ਹੈ ਕਿ ਤੂੰ ਅੰਮ੍ਰਿਤ ਵੇਲੇ ਬਿਮਾਰ ਏ, ਢਿੱਲਾ ਏ, ਮੱਠਾ ਏ, ਕੋਈ ਵੀ ਏ, ਉੱਠ ਇਸ਼ਨਾਨ ਕਰ, ਕਰ ਇਸ਼ਨਾਨ, ਇਹ ਤੇਰਾ ਤਪ ਹੈ। ਉੱਠ ਇਸ਼ਨਾਨ ਕਰੋ ਪ੍ਰਭਾਤੇ, ਤਪੱਸਿਆ ਹੈ। ਸੋਈ ਹਰ ਅਰਾਧੇ ਆਣ ਕੇ ਹਰੀ ਨੂੰ ਅਰਾਧਨਾ ਏ, ਖਾਣ ਪੀਣ ਚ ਮੇਲਿਆਂ ਚ ਮਾਣੀ ਨੀ ਲਾਉਣਾ। ਜਿੰਨਾ ਵੀ ਅਸੀਂ ਸਵੇਰੇ ਉੱਠ ਕੇ ਖਾਂਦੇ ਪੀਂਦੇ ਹਾਂ ਇਹ ਬਿਮਾਰੀ ਦਾ ਕਾਰਨ ਹੈ। ਬਾਬਾ ਜੀ ਕਹਿੰਦੇ ਸੀ, ਬਾਬਾ ਖੇਮ ਸਿੰਘ ਜੀ, ਇਕੱਲਾ ਜਲ ਵਰਤੋ, ਇਕੱਲਾ ਪਾਣੀ ਪੀਵੋ, ਕੋਸਾ ਪੀ ਲਵੋ, ਕਿਸ ਤਰ੍ਹਾਂ ਪੀ ਲਵੋ ਕਿ ਤੁਸੀਂ ਸਹੀ ਮਹਿਣਿਆਂ ਵਿੱਚ ਇੱਕ ਮਨ ਹੋ ਕੇ ਨਾਮ ਜਪ ਲਓ,